ਫਾਜ਼ਿਲਕਾ ਦੇ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਆਦਿ ਪੁਰਸ਼ ਫਿਲਮ ਦੇ ਡਾਇਲੌਗ ਅਤੇ ਕੁਝ ਸੀਨ ਨੂੰ ਲੈ ਕੇ ਜਿਤਾਇਆ ਗਿਆ ਇਤਰਾਜ਼। ਐਸਐਸਪੀ ਨੂੰ ਦਿੱਤਾ ਗਿਆ ਮੰਗ ਪੱਤਰ। ਫਾਜ਼ਿਲਕਾ ਦੇ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਵੱਲੋਂ ਅੱਜ ਐਸਐਸਪੀ ਦਫ਼ਤਰ ਪਹੁੰਚ ਕੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਫਿਲਮ ਆਦਿ ਪੁਰਸ਼ ਦੇ ਡਾਇਲੌਗ ਅਤੇ ਸੀਨ ਦੇ ਉੱਪਰ ਇਤਰਾਜ਼ ਜਤਾਇਆ ਗਿਆ ਅਤੇ ਇਸ ਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਆਗੂ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਮੰਗ ਪੱਤਰ ਐਸਐਸਪੀ ਮੈਡਮ ਨੂੰ ਸੌਂਪਿਆ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਇਹੋ ਜਿਹੇ ਪੱਦੇ ਡਾਇਲੌਗ ਬੋਲੇ ਗਏ ਹਨ ਜੋ ਕਿ ਸ਼੍ਰੀ ਰਮਾਇਣ ਜੀ ਦਾ ਅਪਮਾਨ ਕਰਦੇ ਹਨ ਅਤੇ ਰਮਾਇਣ ਜੀ ਦੇ ਵਿੱਚ ਇਹਦੇ ਕੋਈ ਵੀ ਡਾਇਲੌਗ ਨਹੀਂ ਹਨ। ਜੈ ਸ਼੍ਰੀ ਰਾਮ ਜੀ। ਮੈਂ ਉਮੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਤੋਂ ਅਤੇ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਹਿੰਦੂ ਤਖਤ ਤੋਂ। ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਦੇ ਦਫ਼ਤਰ ਆਏ ਹਾਂ ਸਾਰੀ ਟੀਮ ਦੇ ਨਾਲ, ਸ਼ਿਵ ਸੈਨਾ ਦੀ ਟੀਮ ਅਤੇ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਦੀ ਟੀਮ। ਅਤੇ ਸਾਡੇ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ। ਪਿਛਲੇ ਦਿਨੀਂ ਅਸੀਂ ਜਿਹੜਾ ਵਿਰੋਧ ਕੀਤਾ ਸੀਗਾ, ਜਿਹੜੀ ਪਿਕਚਰ ਲੱਗੀ ਆਦਿ ਪੁਰਸ਼, ਉਹਦਾ ਅਸੀਂ ਵਿਰੋਧ ਕੀਤਾ ਸੀ ਅਤੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਹਾਂ ਐਸਐਸਪੀ ਸਾਹਿਬ ਨੂੰ। ਸਾਡੀ ਮੰਗਾਂ ਇਹ ਨੇ ਵੀ ਇਸ ਪਿਕਚਰ ਨੂੰ ਜਲਦ ਤੋਂ ਜਲਦ ਬੰਦ ਕਰਾਇਆ ਜਾਵੇ। ਜਿਹੜੇ ਡਾਇਲੋਗ ਨੇ ਉਹ ਬਹੁਤ ਵੱਧੇ ਨੇ, ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਬੁਰਾ ਪ੍ਰਭਾਵ ਪੈਂਦਾ ਇਸ ਚੀਜ਼ ਦਾ। ਨਵੀਂ ਰਮਾਇਣ ਇਹਨਾਂ ਨੇ ਬਣਾ ਦਿੱਤੀ ਜੋ ਸਾਡੇ ਸ਼੍ਰੀ ਰਮਾਇਣ ਜੀ ਜੋ ਭਗਵਾਨ ਵਾਲਮੀਕਿ ਜੀ ਨੇ ਬਣਾਈ ਸੀ, ਉਸ ਤਰ੍ਹਾਂ ਦਾ ਇਹਦੇ 'ਚ ਕੁਛ ਵੀ ਨਹੀਂ ਦਿਖਾਇਆ ਗਿਆ। ਅਤੇ ਅਸੀਂ ਐਸਐਸਪੀ ਸਾਹਿਬ ਨੂੰ ਅੱਜ ਇਹੀ ਬੇਨਤੀ ਕੀਤੀ ਹੈ ਵੀ ਇਹਨੂੰ ਮੂਵੀ ਨੂੰ ਬਿਲਕੁਲ ਬੰਦ ਕਰਾਇਆ ਜਾਵੇ ਅਤੇ ਸਾਡੀ ਜਿਹੜੀ ਮੰਗ ਹੈ ਉੱਪਰ ਤੱਕ ਪਹੁੰਚਾਈ ਜਾਵੇ, ਕਿਉਂਕਿ ਇਹਦੇ 'ਚ ਇਹੋ ਜਿਹੇ ਸ਼ਬਦ ਬੋਲੇ ਗਏ ਨੇ ਜੋ ਬਿਲਕੁਲ ਆਪਾਂ ਦੱਸ ਵੀ ਨਹੀਂ ਸਕਦੇ। ਕਿਉਂਕਿ ਜੇ ਦੱਸਦੇ ਹਾਂ ਤਾਂ ਸਾਡੇ ਰਮਾਇਣ ਦੀ ਬਦਨਾਮੀ ਹੁੰਦੀ ਹੈ ਅਤੇ ਸਾਡਾ ਆਪਦੀ ਬੇਇੱਜ਼ਤੀ, ਸਾਡੀ ਆਪਦੀ ਬੇਇੱਜ਼ਤੀ ਹੁੰਦੀ ਜੇ ਅਸੀਂ ਇਹ ਸ਼ਬਦ ਬੋਲਦੇ ਹਾਂ। ਤਾਂ ਅਸੀਂ ਨਹੀਂ ਬੋਲਣਾ ਚਾਹੁੰਦੇ ਇਹੋ ਜਿਹੇ ਸ਼ਬਦ ਜਿਹਦੇ ਨਾਲ ਸਾਡੇ ਰਮਾਇਣ ਜੀ ਦੀ ਬੇਇੱਜ਼ਤੀ ਹੋਵੇ, ਸਾਡੀ ਬੇਇੱਜ਼ਤੀ ਹੋਵੇ, ਤਾਂ ਅਸੀਂ ਐਸਐਸਪੀ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਆਏ ਹਾਂ। ਸ਼ਿਵ ਸੈਨਾ ਪ੍ਰਧਾਨ ਜੀ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਹੈਗਾ ਵੀ ਉਹਨਾਂ ਨੂੰ ਕੁਛ ਜਿਹੜੇ ਸੀਨਸ ਜਾਂ ਡਾਇਲੋਗਸ ਹੈਗੇ ਆ ਆਦਿ ਪੁਰਸ਼ ਮੂਵੀ ਦੀ, ਉਹਨਾਂ 'ਤੇ ਓਬਜੈਕਸ਼ਨ ਕੀਤਾ, ਉਹਦੇ ਰਿਲੇਟਡ ਜਿਹੜਾ ਇਹਨਾਂ ਨੇ ਸਾਨੂੰ ਔਰ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜੀ। ਠੀਕ ਹੈ ਜੀ।